ਸਤਿ ਸ਼੍ਰੀ ਅਕਾਲ ਦੋਸਤੋ, ਮਾਸਟਰ ਕੈਡਰ ਪ੍ਰੈਪਰੇਸ਼ਨ ਦੇ ਵਿੱਚ ਨਵਾਂ ਟੋਪਿਕ ਲੈ ਕੇ ਆਇਆ ਜਿਹਦੇ ਵਿੱਚ ਅੱਜ ਕਰਾਵਾਂਗਾ ਮਾਈਕਰੋਬ ਇਨ ਦਾ ਹਿਊਮਨ ਵੈਲਫੇਅਰ। ਕਾਫੀ ਡਿਮਾਂਡ ਆ ਰਹੀ ਸੀ ਇਸ ਵੀਡੀਓ ਦੀ ਅਤੇ ਮੈਂ ਨੋਟਸ ਤਿਆਰ ਕੀਤੇ ਨੇ। ਉਮੀਦ ਆ ਤੁਹਾਨੂੰ ਇਹ ਵੀਡੀਓ ਪੂਰਾ ਪਸੰਦ ਆਏਗਾ ਅਤੇ ਇਹ 'ਚ ਮੈਂ ਐਗਜ਼ੈਂਪਲ ਚੂਜ਼ ਕਰਕੇ ਲਿਖੀਆਂ ਨੇ ਜੋ ਤੁਹਾਨੂੰ ਪੇਪਰ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਨੇ। ਅਤੇ ਪੂਰਾ ਸਮਝਣ ਲਈ ਵੀਡੀਓ ਐਂਡ ਤੱਕ ਜ਼ਰੂਰ ਦੇਖੋ। ਕਾਇੰਡਲੀ ਜਿਹੜਾ ਮੇਰਾ ਵੀਡੀਓ ਹੈ ਇਹਨੂੰ ਔਨਲਾਈਨ ਹੀ ਦੇਖਿਆ ਕਰੋ, ਔਫਲਾਈਨ ਕਰਕੇ ਨਾ ਦੇਖਿਆ ਕਰੋ ਤਾਂ ਕਿ ਮੇਰੇ ਚੈਨਲ ਨੂੰ ਵੀ ਥੋੜ੍ਹਾ ਭਰਮਾ ਹੁੰਗਾਰਾ ਮਿਲੇ ਅਤੇ ਮੈਂ ਹੋਰ ਵੀਡੀਓ ਬਣਾ ਸਕਾਂ। ਥੈਂਕ ਯੂ ਵੈਰੀ ਮੱਚ। ਇਹ ਇਸ ਸਲਾਹ ਦੇ ਨਾਲ ਇਹ ਮੈਂ ਅੱਗੇ ਵੀਡੀਓ ਸ਼ੁਰੂ ਕਰਦਾ। ਤਾਂ ਮਾਈਕਰੋਬ ਦੀ ਜੋ ਵੈਲਫੇਅਰ ਕਿੱਥੇ ਕਿੱਥੇ ਸਾਨੂੰ ਫਾਇਦਾ ਦਿੰਦੇ ਨੇ ਹਿਊਮਨ ਦੇ ਫਾਇਦੇ ਲਈ, ਹਾਊਸ ਹੋਲਡ ਐਂਡ ਫੂਡ ਪ੍ਰੋਸੈਸਿੰਗ, ਘਰ ਦੀਆਂ ਚੀਜ਼ਾਂ ਅਤੇ ਫੂਡ ਬਣਾਉਣ ਦੇ ਵਿੱਚ, ਇੰਡਸਟਰੀਅਲ ਪ੍ਰੋਡਕਸ਼ਨ, ਉਦਯੋਗ ਦੇ ਵਿੱਚ ਐਨਰਜੀ ਜਨਰੇਸ਼ਨ, ਬਾਇਓਕੰਟਰੋਲ, ਬਾਇਓਫਰਟੀਲਾਈਜ਼ਰ ਐਂਡ ਸੀਵਰੇਜ ਟ੍ਰੀਟਮੈਂਟ। ਇਹ 'ਚ ਜੋ ਬਾਇਓਫਰਟੀਲਾਈਜ਼ਰ ਵਾਲਾ ਟੋਪਿਕ ਆ ਉਹ ਮੈਂ ਇੰਨਾ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਉਹਦੀ ਮੈਂ ਵੀਡੀਓ ਪਹਿਲੇ ਪਾਈ ਸੀ ਅਤੇ ਉਹ ਮੈਂ ਨੋਟਸ ਵੀ ਪ੍ਰੋਵਾਈਡ ਕਰਵਾਤੇ ਨੇ ਤੁਹਾਨੂੰ, ਉਹ ਤੁਸੀਂ ਉੱਥੋਂ ਦੇਖ ਸਕਦੇ ਹੋ। ਚਲੋ ਸ਼ੁਰੂ ਕਰਦੇ ਹਾਂ। ਪਹਿਲੇ ਹਾਊਸ ਹੋਲਡ ਐਂਡ ਫੂਡ ਪ੍ਰੋਸੈਸਿੰਗ, ਜੋ ਘਰਾਂ ਦੇ ਵਿੱਚ ਚੀਜ਼ਾਂ ਯੂਜ਼ ਕਰਦੇ ਹਾਂ, ਤਾਂ ਜੋ ਬਾਇਓਟੈਕਨੋਲੋਜੀ ਜਾਂ ਅਸੀਂ ਬਰੀਡਿੰਗ ਟੈਕਨੀਕ ਦੇਖੀ, ਕਾਫੀ ਸਮੇਂ ਤੋਂ ਚਲੀ ਆ ਰਹੀ ਹੈ, ਅੱਜ ਨਹੀਂ ਆਈ, ਜੋ ਤੋਂ ਹਿਊਮਨ ਦੀ ਐਗਜ਼ਿਸਟੈਂਸ ਹੈ ਉਹ ਤੋਂ ਹੀ ਹੈ। ਜਿਸ ਤਰ੍ਹਾਂ ਹਾਊਸ ਹੋਲਡ ਦੇ ਵਿੱਚ ਦਹੀਂ ਦੀ ਕੜ ਦੀ ਗੱਲ ਕਰੀਏ, ਜੋ ਦਹੀਂ ਹੈ, ਯੋਗਟ ਦਾ ਯੋਗਟ ਲਾਈਕ ਪ੍ਰੋਡਕਟ, ਲੱਸੀ ਹੋ ਗਈ, ਇਹਨੇ ਵਿੱਚ ਮਾਈਕਰੋਬ ਕਾਫੀ ਹੈਲਪ ਕਰਦੇ ਨੇ। ਜਿਸ ਤਰ੍ਹਾਂ ਲੈਕਟੋਬੈਸੀਲਸ ਬੁਲਗੈਰੀਕਸ ਅਤੇ ਸਟੈਪਟੋਕੋਕਸ ਥਰਮੋਪੇਲਸ ਬੈਕਟੀਰੀਆ, ਇਹਨਾਂ ਨੂੰ ਲੈਬ ਬੈਕਟੀਰੀਆ ਕਹਿੰਦੇ ਨੇ। ਇਲੈਕਟੋਬੈਸੀਲਸ ਇਲੈਕਟ੍ਰਿਕ ਐਸਿਡ ਪ੍ਰੋਡਿਊਸ ਕਰਦੇ ਨੇ ਅਤੇ ਜੋ ਮਿਲਕ ਦੀ ਪ੍ਰੋਟੀਨ ਹੈ ਕੈਜ਼ਿਨ ਨੂੰ ਦੀ ਪੈਰਾ ਕੈਜ਼ਿਨ ਬਣਾ ਦਿੰਦੇ ਨੇ, ਤਾਂ ਦੁੱਧ ਤੋਂ ਦਹੀਂ ਬਣਦਾ। ਇਹਦੇ ਵਾਸਤੇ ਦੁੱਧ ਨੂੰ ਪਹਿਲੇ ਪਾਸਚਰਾਈਜ਼ ਕੀਤਾ ਜਾਂਦਾ ਹੈ 76.6 ਟੈਂਪਰੇਚਰ 'ਤੇ ਗਰਮ ਕਰਕੇ, ਫਿਰ 50 ਤੋਂ 40 ਤੱਕ ਠੰਡਾ ਕੀਤਾ ਜਾਂਦਾ, ਥੋੜ੍ਹਾ ਦੇ ਵਿੱਚ ਦਹੀਂ ਮਿਲਾਇਆ ਜਾਂਦਾ ਅਤੇ 6 ਤੋਂ 8 ਘੰਟੇ ਦੇ ਵਿੱਚ ਪੂਰਾ ਦਹੀਂ ਬਣ ਜਾਂਦਾ। ਉਹਦੇ ਬਾਅਦ ਜੋ ਨੈਕਸਟ ਇਸਦਾ ਐਡਵਾਂਟੇਜ ਹੈ, ਡੈਟ ਇਜ਼ ਦਾ ਡਫ ਮੇਕਿੰਗ। ਡਫ ਇੱਕ ਤਰ੍ਹਾਂ ਦਾ ਆਟਾ ਹੁੰਦਾ ਜੋ ਅਲੱਗ ਅਲੱਗ ਤਰ੍ਹਾਂ ਦੀਆਂ ਜੋ ਡਿਸ਼ਿਜ਼ ਤਿਆਰ ਕੀਤੀਆਂ ਜਾਂਦੀਆਂ ਨੇ, ਜੋ ਫੂਡ ਦੇ ਵਿੱਚ ਜਿੱਦਾਂ ਡੋਸਾ, ਇਡਲੀ, ਜਲੇਬੀ, ਇਹਦੇ ਵਿੱਚ ਜੋ ਆਟਾ ਹੈ ਉਹਨੂੰ 10 ਤੋਂ 12 ਘੰਟੇ ਓਵਰਨਾਈਟ ਰੱਖਿਆ ਜਾਂਦਾ। ਬੈਕਟੀਰੀਆ ਦਾ ਇਹਦੇ ਵਿੱਚ ਕਲਚਰ ਯੂਜ਼ ਕੀਤਾ ਜਾਂਦਾ, ਜਿਸ ਤਰ੍ਹਾਂ ਜੀਸਟ ਨੂੰ ਜਾਂ ਲੀਕੋ ਨੋਸਟੋਕ, ਸਟੈਪਟੋਕੋਕਸ, ਫੈਲੈਕਿਸ, ਪੈਡੀਕੋਕਸ, ਇਹ ਜੋ ਮਾਈਕਰੋਬ ਨੇ ਹੈਲਪ ਕਰਦੇ ਨੇ। ਇਹ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਨੇ, ਇਹਨੂੰ ਲੀਵਨਿੰਗ ਆਫ ਬ੍ਰੈਡ ਕਹਿੰਦੇ ਨੇ। ਇੰਨਾ ਜੋ ਬ੍ਰੈਡ ਹੈ ਜਾਂ ਆਟਾ ਉਹ ਹਲਕਾ ਹੋ ਜਾਂਦਾ ਅਤੇ ਥੋੜ੍ਹਾ ਖੱਟਾ ਇਹਦਾ ਸਵਾਦ ਹੋ ਜਾਂਦਾ। ਚੀਜ਼ ਤੁਹਾਨੂੰ ਪਤਾ ਹੈ, ਪਨੀਰ ਜੋ ਹੈ ਇਹ ਡੀਗ੍ਰੇਟਡ, ਪਾਰਸ਼ਲੀ ਡੀਗ੍ਰੇਟਡ, ਜੋ ਮਿਲਕ ਦਾ ਫੈਟ ਅਤੇ ਕੈਜ਼ਿਨ ਹੁੰਦੀ ਹੈ। ਪਨੀਰ ਬੇਸਿਕਲੀ 3 ਤਰ੍ਹਾਂ ਦਾ ਵਰਲਡ ਵਾਈਜ਼ ਯੂਜ਼ ਕੀਤਾ ਜਾਂਦਾ, ਤਾਂ ਕਟੇਜ ਪਨੀਰ, ਕਟੇ ਚੀਜ਼, ਸਵਿਜ ਚੀਜ਼ ਅਤੇ ਰੌਕੀ ਫੋਰਡ ਚੀਜ਼। ਕਟੇ ਚੀਜ਼ ਜੋ ਸਟੈਪਟੋਕੋਕਸ ਲੈਕਟਿਸ ਕਰਦਾ, ਸਵਿਜ ਚੀਜ਼ ਨੂੰ ਪ੍ਰੋਪੀਨੀਓ ਬੈਕਟੀਰੀਅਮ ਸ਼ਰਮਾਨੀ, ਅਤੇ ਰੌਕੀ ਫੋਰਟੀ ਨੂੰ ਪੈਨਸਲੀਨੀਅਮ ਰੌਕੀ ਫੋਰਟੀ, ਇੱਕ ਫੰਗਸ ਹੈ, ਇਹ ਭੇਡ ਦੇ ਦੁੱਧ ਤੋਂ ਤਿਆਰ ਕੀਤਾ ਜਾਂਦਾ ਪਨੀਰ। ਅਦਰ ਕਈ ਪ੍ਰੋਡਕਟ ਨੇ ਹਾਊਸ ਹੋਲਡ, ਜਿਸ ਤਰ੍ਹਾਂ ਟੋਡੀ ਹੈ, ਸਾਊਥ ਦੇ ਵਿੱਚ ਇਹਦਾ ਯੂਜ਼ ਕੀਤਾ ਜਾਂਦਾ, ਇਹਦੇ ਵਿੱਚ ਜੋ ਕੋਕੋਨਟ ਦਾ ਪਾਣੀ ਹੈ ਇਹਨੂੰ ਮਿਲਾਇਆ ਜਾਂਦਾ ਅਤੇ ਲੱਸੀ ਤਰ੍ਹਾਂ ਯੂਜ਼ ਕੀਤਾ ਜਾਂਦਾ, ਇੱਕ ਡਰਿੰਕ, ਐਨਰਜੀ ਡਰਿੰਕ। ਫਰਮੈਂਟੇਸ਼ਨ ਆਫ ਫਿਸ਼, ਸੋਇਆਬੀਨ, ਬੈਂਬੂ ਸ਼ੂਟ ਟੂ ਮੇਕ ਦਾ ਫੂਡ, ਬੇਕਰ ਜਿਸ ਤਿਆਰ ਕੀਤੀ ਜਾਂਦੀ ਹੈ, ਸ਼ੋਕਰ ਕੋਟ ਇੱਕ ਫਰਮੈਂਟੇਸ਼ਨ, ਕੈਬੇਜ, ਜੋ ਬੰਦ ਗੋਭੀ ਉਹਦੇ ਨਾਲ ਤਿਆਰ ਕੀਤਾ ਜਾਂਦਾ, ਜੋ ਬੈਕਟੀਰੀਆ ਹੈਲਪ ਕਰਦਾ ਇਹ 'ਚ। ਸ਼ੋਸੇ ਜੋ ਹੈ ਗਾਂ ਦੇ ਮਾਸ ਤੋਂ ਅਤੇ ਸੂਰ ਦੇ ਮਾਸ ਤੋਂ ਤਿਆਰ ਕੀਤਾ ਜਾਂਦਾ, ਇਹਦੇ ਵਿੱਚ ਲੈਬ ਬੈਕਟੀਰੀਆ ਜੋ ਜਦੋਂ ਹੁੰਦੇ ਨੇ ਉਹਨੂੰ ਪਾਰਸ਼ਲੀ ਫਰਮੈਂਟ ਕਰ ਦਿੰਦੇ ਨੇ ਅਤੇ ਥੋੜ੍ਹਾ ਜਿਹੜਾ ਮੀਟ ਹੈ ਉਹਨਾਂ ਦਾ ਲਾਈਟ ਹੋ ਜਾਂਦਾ। ਇਹ ਸੀਗੇ ਹਾਊਸ ਹੋਲਡ ਦੇ ਪ੍ਰੋਡਕਟ। ਨੈਕਸਟ ਹੈ ਦੋਸਤੋ ਇੰਡਸਟਰੀਅਲ। ਇੰਡਸਟਰੀ ਦੇ ਵਿੱਚ ਜਿਸ ਤਰ੍ਹਾਂ ਅਲਕੋਹਲਿਕ ਬੀਵਰੇਜ, ਜਿੱਦਾਂ ਬੀਅਰ, ਵਾਈਨ ਅਤੇ ਬਿਸਕੀ, ਇਹਦੇ ਵਾਸਤੇ ਬੇਕਰ ਜੀਸਟ ਅਤੇ ਬੀਵਰ ਜੀਸਟ। ਬੇਕਰ ਜੀਸਟ ਆ ਜੋ ਇਡਲੀ ਡੋਸਾ ਬਣਾਉਣ ਦੇ ਵਿੱਚ ਯੂਜ਼ ਕੀਤੀ ਜਾਂਦੀ, ਇਹਦਾ ਸੈਕਰੋਮਾਈਸੀ ਸਿਰੀਬੇਸੀ, ਅਤੇ ਬੀਵਰ ਜੀਸਟ ਦੇ ਵਿੱਚ ਜੋ ਬੀਅਰ ਅਤੇ ਵਾਈਨ ਵਾਸਤੇ ਯੂਜ਼ ਕੀਤੀ ਜਾਂਦੀ ਹੈ। ਅਨਡਿਸਟਿਲਡ ਜੋ ਗ੍ਰੇਨ ਜਦੋਂ ਮੈਸ਼ ਕੀਤੇ ਜਾਂਦੇ ਨੇ ਫਰਮੈਂਟੇਸ਼ਨ ਦਾ, ਤਾਂ ਬੀਅਰ ਬਣਦੀ ਹੈ। ਜਦੋਂ ਉਹਨੂੰ ਡਿਸਟਿਲ ਕਰਦੇ ਜਾਵਾਂਗੇ ਤਾਂ ਉਹ ਰਮ, ਬੋਡਕਾ, ਬਿਸਕੀ, ਜਿਨ, ਬ੍ਰੈਂਡੀ, ਫਿਨੀ ਅਲੱਗ ਤਰ੍ਹਾਂ ਦੀ ਬਣਦੀ ਹੈ। ਇਹਦੇ ਵਾਸਤੇ ਜੋ ਸਪੀਸੀਜ਼ ਹੈ, ਡੈਟ ਇਜ਼ ਆ ਐਲਿਪਸੋਇਡਿਨਸ, ਸੈਕਰੋਮਾਈਸਿਸ। ਫਰਮੈਂਟੇਸ਼ਨ ਦੀ ਜੋ ਦੋਸਤੋ ਪ੍ਰੋਸੈਸ ਹੈ, ਦੋ ਤਰੀਕੇ ਨਾਲ ਹੁੰਦੀ, ਇੱਕ ਹੁੰਦੀ ਕੰਟੀਨਿਊਸ, ਇੱਕ ਹੁੰਦੀ ਬੈਚ। ਬੈਚ ਦੇ ਵਿੱਚ ਜੋ ਕਾਫੀ ਜ਼ਿਆਦਾ ਲੀਟਰ ਦਾ ਟੈਂਕ ਹੁੰਦਾ, 2.5 ਲੱਖ ਲੀਟਰ ਤੱਕ, ਪਹਿਲੇ ਉਹ ਮਟੀਰੀਅਲ ਤਿਆਰ ਕੀਤਾ ਜਾਂਦਾ, ਫਿਰ ਉਹਨੂੰ ਰਿਕਵਰ ਕਰਕੇ ਦੁਬਾਰੇ ਰੀਸਟੀਰੀਲਾਈਜ਼ ਕੀਤਾ ਜਾਂਦਾ, ਦੁਬਾਰੇ ਬੈਚ ਤਿਆਰ ਕੀਤਾ ਜਾਂਦਾ। ਕੰਟੀਨਿਊਸ ਦੇ ਵਿੱਚ ਲਗਾਤਾਰ ਹੀ ਟੈਂਕ ਦੇ ਵਿੱਚ ਰਾ ਮਟੀਰੀਅਲ ਪਾਇਆ ਜਾਂਦਾ, ਤਾਂ ਉਹਦੇ ਵਾਸਤੇ ਬੈਕਟੀਰੀਆ ਕਲਚਰ ਤਿਆਰ ਕਰਕੇ ਨਾਲ ਹੀ ਪ੍ਰੋਡਕਟ ਲਿਆ ਜਾਂਦਾ।
तो दो तरह की फरमेंटेशन है, बैच एंड कंटिन्यूज। नैक्सट है प्रोडक्ट ऑफ द जीस्ट। जीस्ट की फरमेंटेशन के नाल कई प्रोडक्ट इंडस्ट्री तैयार किए जाते हैं, जिदा इथेनॉल हो गया, एन प्रोपेनॉल हो गया, ब्यूटेनॉल, अमाइल अल्कोहल, फिनाइल इथेनॉल, ग्लिसरोल, एसिटिक एसिड, एसीटाइलडिहाइड, डाई एसीटाइल, एन सल्फाइड, लैक्टिक एसिड, पायरुविक एसिड, सक्सिनिक एसिड, कैप्रोइक एसिड, कैप्रोलिक एसिड, इथाइल एसीटेट, कार्बन डाइऑक्साइड, जीस्ट एक्सट्रैक्ट, एनिमल फीड एंड अदर एस्टर। उसके बाद है एंटीबायोटिक्स। एंटीबायोटिक्स जो मेडिसिनल फार्मास्यूटिकल यूज़ किया जाता है, तो एंटीबायोटिक जो होती है बेसिकली माइक्रोब फंगस वगैरह तो तैयार की जाती है, कुछ बैक्टीरिया तो तैयार की जाती है, जो कई सानू बीमारियां बैक्टीरिया के नाल होने वाली या फंगस ना होने वाली तो बचाती है। तो जो एंटीबायोटिक का ब्रॉड स्पैक्ट्रम होना चाहिए तो जल्दी ही वो अपना असर दसे, तो बाकी घट वे जो साइड इफेक्ट है बॉडी होने चाहिए ने। सो उन्हें ब्रॉड स्पैक्ट्रम का नाम दिता जाता है, वो ध्यान रख के ही तैयार की जाती है। 7000 तो ज़्यादा एंटीबायोटिक एग्जिस्ट होंदिया ने, 150 टाइप की जो मार्केट के अवेलेबल ने, 300 न्यू एंटीबायोटिक जो रिकवर होंदिया ने हर साल फ्रॉम द यू बैक्टीरिया, एक्टिनोमाइसिड्स, बैसिलस 70% तक हैल्प करते हैं, सीडोमनास 30% तक एंटीबायोटिक देंगा, फंगस दे विच पेंसिलीनियम, साइक्लोस्पोरियम ते एस्परजिलस ये फेमस ने। नैक्सट ये मैं कुछ एग्जाम्पल्स एड किए हैं जो एंटीबायोटिक्स वगैरह दिंदिया ने, जिदा पोलीमिक्सिन बी, कोलीमाइसिन, एरिथ्रोमाइसिन, पेंसिलिन, ये इना दे जो माइक्रोब ने ते किस तरह असर कर दी वो लिखा है। नैक्सट है इंडस्ट्री दे विच विटामिन, अंजाइम ते ऑरगैनिक एसिड, ये विच केड़ा केड़ा हैल्प करता है, जिदा प्रोटीएज अंजाइम हो गया, 250 तरह के अंजाइम प्रोटीएज दे मनदे ने, अमाइलेज जो स्टार्च डाइजेस्ट करता, अमाइलेज, ग्लूकोमाइलेज, ग्लूकिनो आइसोमरेज, रैनिट टैबलेज, जिसे रैनिन एंजाइम होंदा है, ये जो बछड़े दे पेट नू साफ करके बनाई जाती है, लैक्टोज, लैक्टेज, लैक्टो शुगर नू डाइजेस्ट करता, स्टैप्टोकाइनेज एंड स्टैप्टोकोकस बैक्टीरिया तो टीपीए तैयार किया जाता, एंजाइम टिश्यू प्लाज्मा जन एक्टिवेटर एक क्लोट डिजोल्व करता है। नैक्सट है विटामिन बी, B12 जिन्होंने कोवालामाइन कहते हैं, इहदा लीवर है, मिल्क, मीट, एग तो मिलता है, स्टैप्टोमाइसिन तो बनाती है, प्रोपीनियो वैक्ट्रम, एनफ्रोडी डेंसकी ये दो स्पीसीज तैयार कर दी है B12, राइबोफ्लोविन, विटामिन B2 जो है सीरियल ग्रीन वैजिटेबल मिलता है, बीओरजिस्ट, एग वाइट मिल्क दे विच मिलता है, तो 50,000 गुणा ज़्यादा एसीबिया गोसीपाई बनाता है, तो एक स्पीसीज होर है एरमोथिसिन एसीवाई 100 to 300 गुणा ज़्यादा पोटेंट है। नैक्सट है ये ऑरगैनिक एसिड, ऑरगैनिक एसिड जो है सिट्रिक एसिड हो गया, एस्परजिलस, निगार, फंगस, कैंडिडा, लिपोलिटिका, ये यूज़ किया जाता है मेडिसन्स, डाई बनाने विच, ते सिल्वरिंग मिरर नू सिल्वर लाने विच, ते फ्लेवर ऑफ द फूड। एसिटिक एसिड, एसीटोबैक्टर एसीटाई विनेगर की तरह यूज़ किया जाता, लैक्टिक एसिड नू लैब बैक्टीरिया बनाते हैं, साइक्लोस्पोरियम ए, ट्राइकोडर्मा, पोलीस्पोरम फंगस तैयार किया, एक अमीनो सुप्रेसेंट है जो ऑर्गन ट्रांसप्लांट हेल्प करता है, स्टैटिन जिन्हों स्टंट कहते हैं, जीस्ट तैयार करता है, जिदा नाम है मोनक्सस परप्यूरिकस, ये ब्लड कोलेस्ट्रोल का लैवल घट करता है। नैक्सट यदा एडवांटेज है दोस्तों सीवरेज ट्रीटमेंट, सीवरेज ट्रीटमेंट में ये कलोरैला एलगी है, कलोरैला, पायरिनोडिसा, बैक्टीरिया, प्रोटोजोवा, फ्लोआ यूज करते हैं, काफ़ी कल्चर जो बन जाता फिर यदा कल्चर असी एक्टिवेटर स्लज के यूज करके सैट करते हैं, तो ऑरगैनिक मैटर डाइजेस्ट करता, उन्होंने गैस प्रोड्यूस करता जिन्होंने बायोगैस कहते हैं। सो बायोगैस या गोबर गैस, ये मिथेन 50 to 60%, कार्बन डाइऑक्साइड, हाइड्रोजन, नाइट्रोजन, ऑक्सीजन, हाइड्रोजन डाइसल्फाइड, गोबर गैस प्लांट के कमर्शली बनाया जाता है। नैक्सट है बायोकंट्रोल, जिन्हों बायोलॉजिकल कंट्रोल कहते हैं, ये बायोपेस्टिसाइड आते हैं, हर्बीसाइड जो हर्ब न खत्म करते हैं, नदीना, फंगीसाइड फंगस, इंसैक्टीसाइड कीड़िया, नमैटीसाइड गोल कीड़िया, रोडेंटीसाइड रोटीफर, एकैरीसाइड माइट, टिक्स न। कुछ एग्जाम्पल ने जिदा बायो हर्बीसाइड है, जो फाइटोपथोरा
ਪੈਲਮੀ ਬੋਰਾ ਫੰਗਸ ਹੈ ਜੋ ਮਿਲਕ ਬੀਡ ਨੂੰ ਕੰਟਰੋਲ ਕਰਦਾ। ਕੈਟਕਾਈ ਜੋ ਕੈਟਕਸ ਹੈ ਯੂਫੋਰਬੀਆ ਦੀ ਗਰੋਥ ਨੂੰ ਕੋਨੀਕਲ ਇਨਸੈਕਟ ਖਤਮ ਕਰ ਦਿੰਦਾ। ਕੋਲੈਮੋਥ ਬੀਡ ਜੋ ਹੈ ਨੂੰ ਕ੍ਰਾਈਜ ਸੋਲੀਨਾ ਬੀਟਲ ਨਾਲ ਖਤਮ ਕੀਤਾ ਗਿਆ। ਵਾਟਰ ਹਾਈਸ਼ਨ ਦੀ ਸ਼ੋਰਨੀਆ USA ਦੇ ਵਿੱਚ ਸਰਕੋਸਪੋਰਾ ਰੋਡਾਮੈਨੀ ਫੰਗਸ ਹੈਲਪ ਕਰਦੀ ਹੈ। ਕੋਂਡਰੀਲਾ ਜਿਹਨੂੰ ਸਕੈਲੇਟਨ ਬੀਡ ਕਹਿੰਦੇ ਨੇ ਪਕਸੀਨੀਆ ਕੋਂਡਰੀਲਾ ਖਤਮ ਕਰਦਾ ਆਸਟ੍ਰੇਲੀਆ 'ਚ। ਅਤੇ ਫੰਗਸ ਦੇ ਸਪੋਰ ਵੀ ਆ ਜਾਂਦੇ ਨੇ ਜਿੱਦਾਂ ਡਿਵੀਨਾ ਅਤੇ ਕੋਲੈਕੋ, ਇਹਨਾਂ ਨੂੰ ਜਦੋਂ ਪਾਣੀ 'ਚ ਛਿੜਕਾਇਆ ਜਾਂਦਾ ਤਾਂ ਫੰਗਸ ਗਰੋ ਕਰਦੀ ਹੈ ਅਤੇ ਉੱਥੇ ਜੋ ਵੀ ਬੀਡ ਹੈ ਉਹਨੂੰ ਖਤਮ ਕਰਦੀ ਹੈ। ਉਹਦੇ ਬਾਅਦ ਬਾਇਓ ਇਨਸੈਕਟੀਸਾਈਡ ਜਿੱਦਾਂ ਬਕੈਲੋ ਵਾਇਰਸ ਹੈ, ਐਂਟ ਗੋਟ ਅਤੇ ਬੀਟਲ ਨੂੰ ਖਤਮ ਕਰਦਾ, ਗਨੈਟ ਇਨਸੈਕਟ, ਬੈਸਿਲੇਥਰਾਂਜਨੈਸੀ ਜਿਹਨੂੰ ਬੀਟੀ ਬੈਕਟੀਰੀਆ ਕਹਿੰਦੇ ਨੇ ਤੁਹਾਨੂੰ ਪਹਿਲੇ ਦੱਸਿਆ, ਮੋਥ, ਫਲਾਈ, ਮੋਸਕੀਟੋ, ਐਫਿਡ, ਟਰਮਾਈਟ, ਪਿੰਕ ਬੋਲਬੋਮ, ਬੀਟੀ ਕੋਟਨ, ਬੀਟੀ ਬਰਿੰਜਲ, ਟਮੈਟੋ। ਇਹਦੇ 'ਚ ਜੈਨੇਟਿਕਲੀ ਇਹ ਇੰਜੀਨੀਅਰ ਕੀਤਾ ਗਿਆ, ਇਹ ਕ੍ਰਿਸਟਲ ਪ੍ਰੋਟੀਨ ਬਣਾਉਂਦਾ, ਇਹਦੇ ਬਾਰੇ ਮੈਂ ਪਹਿਲੇ ਕਾਫੀ ਡਿਟੇਲ 'ਚ ਦੱਸ ਚੁੱਕਿਆ। ਉਹਦੇ ਬਾਅਦ ਲਾਸਟ ਜਾਂਦੇ ਦੋਸਤੋ ਬਾਇਓਫਰਟੀਲਾਈਜ਼ਰ। ਸੋ ਬਾਇਓਫਰਟੀਲਾਈਜ਼ਰ ਜਿੱਦਾਂ ਮੈਂ ਸਟਾਰਟਿੰਗ 'ਚ ਦੱਸਿਆ ਸੀ ਵੀ ਇੰਨੀ ਡਿਟੇਲ 'ਚ ਨਹੀਂ ਕਰਵਾਵਾਂਗਾ, ਕਿਉਂਕਿ ਮੈਂ ਪਹਿਲੇ ਵੀ ਇਹਦਾ ਵੀਡੀਓ ਪਾ ਚੁੱਕਿਆ, ਉੱਥੋਂ ਤੁਸੀਂ ਦੇਖ ਸਕਦੇ ਹੋ। ਕੁਛ ਇੱਥੇ ਮੈਂ ਲਿਖਿਆ ਜਿੱਦਾਂ ਮਾਈਕਰੋਫੋਜ, ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ, ਰਾਈਜ਼ੋਬੀਅਮ ਬਾਇਓਫਰਟੀਲਾਈਜ਼ਰ, ਸਾਈਨੋ ਬਾਇਓਫਰਟੀਲਾਈਜ਼ਰ, ਅਜ਼ੋਲਾ, ਐਨਾਬੀਨਾ ਅਤੇ ਮਾਈਕਰੋਰਾਈਜ਼ਰ। ਸੋ ਦੋਸਤੋ ਇਹ ਸੀ ਮਾਈਕਰੋਬ ਇਨ ਦਾ ਹਿਊਮਨ ਵੈਲਫੇਅਰ, ਜੋ ਹੈਂਡ ਰਿਟਨ ਨੋਟਸ ਤਿਆਰ ਕੀਤੇ ਨੇ। ਉਮੀਦ ਹੈ ਤੁਹਾਨੂੰ ਇਹ ਪੂਰਾ ਟੋਪਿਕ ਡਿਟੇਲ ਦੇ ਵਿੱਚ ਕਰਵਾਉਣ ਦੇ ਵਿੱਚ ਮੈਂ ਕਾਮਯਾਬ ਹੋਇਆ ਹੋਵਾਂਗਾ। ਅਤੇ ਜੇ ਮੇਰੇ ਕਿਸੇ ਦੋਸਤ ਨੂੰ ਇਹਦੇ ਨੋਟਸ ਚਾਹੀਦੇ ਨੇ ਤਾਂ ਮੇਰੇ ਤੋਂ ਲੈ ਸਕਦਾ ਐਟ ਕਨਵੀਨੀਅੰਟ ਰੇਟ। ਅਤੇ ਜਿਨ੍ਹਾਂ ਨੇ ਨੋਟਸ ਬਾਏ ਕੀਤੇ ਨੇ ਉਹਨਾਂ ਨੂੰ ਇਹ PDF ਮਿਲ ਜਾਏਗਾ ਥੋੜ੍ਹੀ ਦੇਰ ਤੱਕ। ਥੈਂਕ ਯੂ ਵੈਰੀ ਮੱਚ। ਇਸੇ ਤਰ੍ਹਾਂ ਹੀ ਚੈਨਲ ਨੂੰ ਪਿਆਰ ਕਰਦੇ ਰਹੋ, ਬਾਕੀ ਵੀਡੀਓ ਲਈ ਚੈਨਲ ਦੇ ਨਾਲ ਬਣੇ ਰਹੋ। ਥੈਂਕ ਯੂ ਵੈਰੀ ਮੱਚ।